ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਜੀ। ਅੱਜ ਆਪਾਂ ਇੱਥੇ ਆਪਣੇ ਜ਼ਿਮੀਂਦਾਰਾਂ ਨੂੰ ਆਪਣਾ ਜੀ ਪੀ ਐੱਸ ਵਾਲਾ ਸਿਸਟਮ ਦਿੱਤਾ ਸੀਗਾ ਜੀ, ਟੀ ਐੱਨ ਡੀ ਵਾਲਾ ਜੀ, ਜੋ ਅੱਜ ਆਪਾਂ ਚਲਾਉਣ ਆਏ ਸੀਗੇ ਜੀ। ਹਾਂਜੀ, ਪਿੰਡ ਆਪਣਾ ਕਿਹੜਾ ਵਾ ਜੀ? ਗੌਂਸੂਵਾਲ ਜੀ, ਮਹਿਤਪੁਰ ਦੇ ਕੋਲ ਜੀ। ਅਤੇ ਮਤਲਬ ਇਹਨਾਂ ਨੂੰ ਮਤਲਬ ਪੁੱਛਦੇ ਹਾਂ ਕਿ ਆਪਾਂ ਮਤਲਬ ਆਪਣਾ ਜਿਹੜਾ ਇਹ ਜੀ ਪੀ ਐੱਸ ਵਾਲਾ ਸੈੱਟ ਦੂਜੇ ਨਾਲੋਂ ਮਤਲਬ ਵਧੀਆ ਲੱਗਾ ਜਾਂ ਨਹੀਂ ਵਧੀਆ ਲੱਗਾ ਜੀ, ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਸੀਂ। ਮੇਰਾ ਨਾਮ ਬਲਜੀਤ ਸਿੰਘ, ਪਿੰਡ ਦਰਿਆ ਵਾਲੇ ਪਿੱਲੇ। ਠੀਕ ਹੈ ਜੀ, ਠੀਕ ਹੈ ਜੀ, ਨੇੜੇ ਮਹਿਤਪੁਰ। ਠੀਕ ਹੈ ਜੀ, ਇਹ ਲੇਜ਼ਰ ਕਰਾਹਾ ਅਸੀਂ ਭਾਜੀ ਹੁਣਾਂ ਕੋਲ ਲਿਆ। ਠੀਕ ਹੈ, ਆਪਾਂ ਨੂੰ ਬਹੁਤ ਵਧੀਆ ਲੱਗਿਆ, ਜੀ ਪੀ ਐੱਸ ਸਿਸਟਮ ਆ। ਠੀਕ ਹੈ ਜੀ, ਜਿਹੜਾ ਦੂਜਾ ਸੀ ਉਹ 'ਚ ਪ੍ਰੋਬਲਮ ਆਉਂਦੀ ਸੀਗੀ, ਤਾਰਾਂ ਆ ਗਈਆਂ ਜਾਂ ਕੁਛ ਘਰ ਆ ਗਿਆ, ਰੁੱਖ ਆ ਗਏ, ਹੈ ਨਾ। ਹਾਂਜੀ, ਇਹ ਜਿੱਦਾਂ ਹੁਣ ਇਹ ਚਲਾਉਂਦੇ ਹਾਂ ਉਹ ਘਰ ਦੇ ਪਰਲੇ ਬੰਨੇ ਵੀ ਗਏ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਵਧੀਆ ਲੱਗਿਆ ਸਾਨੂੰ ਚਲਾਉਣਾ। ਹਾਂ, ਜਿੱਦਾਂ ਮਤਲਬ ਹੁਣ ਆਪਣਾ ਜੇ ਆਪਾਂ ਦੂਜਾ ਸੈੱਟ ਲੱਗਾ ਹੁੰਦਾ ਜਿਹੜਾ ਜੀ, ਉਹ ਹੁਣ ਜਿੱਦਾਂ ਆਪਾਂ ਕੋਠੇ ਦੇ ਦੂਜੀ ਸਾਈਡ ਤੇ ਉਧਰਲੀ ਸਾਈਡ ਦਿਖਾਇਓ, ਹੁਣ ਕੋਠੇ ਦੇ ਦੂਜੀ ਸਾਈਡ ਤੇ ਆਪਣੀ ਜ਼ਮੀਨ ਸੀਗੀ ਜੀ, ਹੁਣ ਆਪਾਂ ਜੇ ਉਧਰ ਜਾਣਾ ਸੀਗਾ ਤੇ ਆਪਣੀ ਰੇਂਜ ਟੁੱਟਣੀ ਸੀਗੀ, ਹੈ ਨਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਹ ਜਿੱਦਾਂ ਆਪਾਂ ਦੂਜੇ ਉਹ ਜਿੱਦਾਂ ਆਪਾਂ ਉਹ ਰੇਂਜ ਮਲਾਉਣੀ ਹੁੰਦੀ ਸੀ, ਉਹਦੇ ਨਾਲ ਕਿੰਨਾ ਕੁ ਸੌਖਾ ਲੱਗਾ ਸਾਨੂੰ। ਇਹ ਤਾਂ ਸਾਨੂੰ ਬਾਹਲਾ ਹੀ ਸੌਖਾ ਲੱਗਿਆ ਜੀ, ਨਜ਼ਾਰੇ ਆ ਗਏ, ਹੈ ਨਾ ਜੀ। ਮਤਲਬ ਕਿ ਉਹਦਾ ਪਹਿਲਾਂ ਆਪਾਂ ਨੂੰ ਚੱਕ ਕੇ ਰੇਂਜ ਮਲਾਉਣੀ ਪੈਂਦੀ ਆ, ਆਪਣਾ ਜਾਂ ਉਤੋਂ ਘੁਮਾਓ ਉੱਪਰ ਥੱਲੇ ਕਰੋ, ਕਈ ਕੁਝ ਪੰਗੇ ਸੀਗੇ, ਇਹ ਤਾਂ ਕੋਈ ਹੈ ਹੀ ਨਹੀਂ, ਇਹੋ ਜਿਹਾ ਸਿਸਟਮ ਹੀ ਹੈ ਨੀਗਾ। ਚੈਨਲ ਲਾਓ, ਬਸ ਇਹਦੇ ਵਿੱਚ ਇਹ ਹੁੰਦਾ ਜੀ, ਜਿੱਦਾਂ ਆਪਾਂ ਆਪਣੀ ਲੇਜ਼ਰ ਔਨ ਕਰ ਲਈ ਜੀ, ਠੀਕ ਹੈ ਜੀ। ਜਿੱਦਾਂ ਇਹਦੇ ਵਿੱਚ ਸੈਟਿੰਗ ਵਿੱਚ ਖੋਲ ਕੇ ਆਪਾਂ ਚੈਨਲ, ਜਿੱਦਾਂ ਮਤਲਬ ਮੰਨ ਕੇ ਚੱਲੋ ਜੇ 5 ਚੈਨਲ ਆ ਜਾਂ 6, ਆਪਾਂ 6 ਦੇ ਚੈਨਲ ਤੇ ਲਾ ਲਿਆ ਜੀ, ਠੀਕ ਹੈ ਜੀ। ਉਦਾਂ ਹੀ ਆਪਾਂ ਆਪਣੇ ਉਹਦੇ ਤੇ ਕੰਟਰੋਲ ਮਤਲਬ ਕੰਟਰੋਲਰ ਦੇ ਉੱਤੇ 6 ਚੈਨਲ ਲਾ ਦੇਣਾ ਤੇ ਠੀਕ ਹੈ ਜੀ, ਆਟੋ ਲਾ ਦੇਣਾ ਤੇ ਆਪਣੀ ਬਾਗੜ ਅਪ ਡਾਊਨ ਉਹਦੇ ਵਿੱਚ ਆਪਸ਼ਨ ਆਉਂਦਾ ਜੀ, ਇੰਨਾ ਹੀ ਕੰਮ ਵਾ ਜੀ। ਬਾਕੀ ਤੁਹਾਨੂੰ ਮਤਲਬ ਓਕੇ ਲੱਗਣਾ ਜੀ, ਮੈਂ ਕਹਿੰਦਾ ਬਹੁਤ ਵਧੀਆ ਲੱਗਿਆ ਭਾਜੀ ਆਪਾਂ, ਮਤਲਬ ਉਹਦੇ ਨਾਲੋਂ ਬਹੁਤ ਵਧੀਆ ਨਜ਼ਾਰੇ। ਤੇ ਜਿਹੜੀ ਆਪਣੀ ਟੀ ਐੱਨ ਡੀ ਦੀ ਬਾਗੜ ਆ ਜੀ, ਉਹ ਤੁਹਾਨੂੰ ਕਿੱਦਾਂ ਲੱਗੀ? ਬਹੁਤ ਸੋਹਣੀ ਲੱਗੀ ਭਾਜੀ, ਤੁਸੀਂ ਮੈਂ ਬਹੁਤ ਵਧੀਆ ਆ, ਸਿਸਟਮ ਵੀ ਸੋਹਣਾ ਲੱਗਾ, ਸਿਸਟਮ ਵੀ ਵਧੀਆ ਆ ਜੀ, ਸਾਰੀ ਮਤਲਬ ਬਾਗੜ ਵੀ ਬਹੁਤ ਹੈਵੀ। ਬਿਲਕੁਲ ਹੈਵੀ ਲੱਗੀ ਜਾਂ ਉਹਦਾ ਭਾਜੀ? ਹੈ ਹੀ ਬਹੁਤ ਸੋਹਣੀ ਲੱਗੀ, ਵਧੀਆ ਲੱਗੀ ਆ, ਹੈਵੀ ਬਣਾਈ ਹੋਈ 12 ਐਮਐਮ ਚਾਦਰ ਦੀ ਆ। ਠੀਕ ਹੈ ਜੀ, ਬਾਕੀ ਸਾਰਿਆਂ ਨੂੰ ਇਹੀ ਕਹਿੰਦੇ ਆ ਜੀ, ਜੇ ਕਿਸੇ ਨੇ ਮਤਲਬ ਇਹਦਾ ਕੋਈ ਲੈਣਾ ਆ ਟੀ ਐੱਨ ਡੀ ਦਾ ਲਓ, ਹਾਂ ਠੀਕ ਹੈ, ਜੀ ਪੀ ਐੱਸ ਵਾਲਾ ਸਿਸਟਮ ਲਓ, ਬਹੁਤ ਵਧੀਆ ਜੀ। ਹਾਂ ਮਤਲਬ ਜੇ ਕਿਸੇ ਨੇ ਆਪਣੇ ਕੋਲ ਮਤਲਬ ਚੱਲਦਾ ਵੀ ਦੇਖਣਾ ਵਾ ਜਾਂ ਕਿਸੇ ਨੇ ਡੈਮੋ ਲੈਣੀ ਹੈ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ। ਬਿਲਕੁਲ, ਹਾਂ ਬਾਕੀ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਇਸ ਟਾਈਮ ਦੱਸਣ ਦੀ ਲੋੜ ਨਹੀਂ ਹੈਗੀ ਜੀ, ਜਿਹੜਾ ਇਸ ਟਾਈਮ ਟੀ ਐੱਨ ਡੀ ਦੀ ਬਾਗਟ ਹੈ ਤੇ ਟੀ ਐੱਨ ਡੀ ਦਾ ਸਿਸਟਮ ਆ ਨੰਬਰ 1 ਤੇ ਚੱਲਦਾ ਪਿਆ। ਮੈਂ ਇਹ ਸਿਸਟਮ ਦੀ ਇਹਦੀ ਬਾਗਟ ਦੀ ਗਰੰਟੀ ਦੇ ਸਕਦਾ ਕਿ ਜਿਹੜੀ ਮਰਜ਼ੀ ਬਾਗਟ ਜਾਂ ਜਿਹੜਾ ਮਰਜ਼ੀ ਸਿਸਟਮ ਮੇਰੇ ਇਹਦੇ ਨਾਲ ਬਰਾਬਰ ਆ ਕੇ ਚਲਾ ਲਓ, ਸਾਰਿਆਂ ਨਾਲੋਂ ਵਧੀਆ ਹੀ ਚੱਲਣਗੇ ਜੀ। ਬਾਕੀ ਚਲੋ ਹੁਣ ਆਪਾਂ ਜਿੱਦਾਂ ਜਿੱਦਾਂ ਜ਼ਿਮੀਂਦਾਰਾਂ ਨੂੰ ਦੇਈਦੇ ਆ ਜੀ, ਨਾਲ ਉਹਨਾਂ ਨੂੰ ਪੁੱਛੀਦਾ ਜੀ। ਬਿਲਕੁਲ, ਮਤਲਬ ਹੁਣ ਇੰਨੇ ਸਾਰੇ ਜ਼ਿਮੀਂਦਾਰ ਖੜੇ ਆ ਜੀ, ਤੇ ਸਾਰਿਆਂ ਨੂੰ ਮਤਲਬ ਆਪਾਂ ਮਤਲਬ ਸਾਰੇ ਮਤਲਬ ਖੁਸ਼ ਆ ਜੀ, ਸੈੱਟ ਆ ਜੀ। ਚਲੋ ਬਾਕੀ ਬਾਬਾ ਨਾਨਕ ਬਰਕਤਾਂ ਪਾਵੇ ਜੀ ਤੁਹਾਡੇ ਕੰਮ 'ਚ ਜੀ, ਤੇ ਆਪਣੇ ਹੋਰ ਤੁਹਾਨੂੰ ਇੱਕ ਕਿਰਾਇਆ ਦਈਏ ਜੀ ਅੱਗੇ। ਹਾਂਜੀ ਹਾਂਜੀ, ਚਲੋ ਠੀਕ ਆ ਜੀ, ਧੰਨਵਾਦ। ਧੰਨਵਾਦ।